Kurt prasasan murdabad kurt prasasan murdabad kurt prasasan murdabad kurt prasasan murdabad naam sarkar murdabad naam sarkar murdabad naam sarkar pahunchde nahi hai kyon ghar wala padhe tak police girfdar nahi kardi bandiyan nu odo tak eh chowk jam rahega anmitte samay tak dharna chalega to hai ye parivar da oh bada dhokha ho gaya koi bhi nahi bada nahi phadya te jehde mulazim hai मेरे पापा की डैथ 30 तरीक 8:30 बजे के करीब हुई सी। 30 तरीक तो ही अं लगातार पुलिस के पिछे चक्कर काट रहे हैं कि तुसी की किया हूँ तक। बस सू दिलासे दी जा रही है कि असी लगे हुए हैं, बट अजे तक कोई भी गिरफ्तारी उन्होंने वालों नहीं की गई। असी उन्हों की वाइफ को अरैसट करवाया सीगा। सुखपाल सिंह खहरा जो कि DSP है प्रेजेंट टाइम से, उन्होंने सानू यही कहा कि तुहाडे जो भी असी गल करते उहदे विचों ही वल पा के उन्होंने उनकी वाइफ को बाहर कढ दिता। परचे विचों परचा नहीं होन दिता। फिर भी असी उन्होंने कहा कि तुसी उन्होंने कॉन्टैक्ट विच रखो, जिन्ना टाइम वो अरैसट नहीं होंदे उहदी वाइफ नाल उहदा डेली कॉन्टैक्ट हुंदा होएगा। इन्होंने वाइफ को गां पछां कर दिता। जदों सर साडा घर ढाया होया सीगा, घर का मलबा जिहड़ा गली विच पिया सीगा। पापा ते चाचा जी नाल दो मजदूर लगे, एक चाचा जी का बेटा सीगा, एक होर रखिया होया लड़का पापा ने, वो चुकते पे सीगे। उहदे तो ही आन के उन्हें गंदियां गालां कढ़नियां शुरू कर दित्तियां ते पापा दे गल पै गया। कौन ही उहदा की नाम दा? लखविंदर सिंह बांटी। ਉਹਦਾ ਨਾਂ ਲਖਵਿੰਦਰ ਸਿੰਘ ਬਾਂਟੀ ਆ, ਉਹਦਾ ਭਰਾ ਛੋਟਾ ਤਜਿੰਦਰ ਸਿੰਘ ਲਾਡੀ ਆ, ਉਹਦੀ ਵਾਈਫ ਬਲਵਿੰਦਰ ਕੌਰ ਆ। ਕੀ ਕੰਮ ਕਰਦੇ ਹੋ? ਦੋਨੋਂ ਪੁਲਿਸ ਮੁਲਾਜ਼ਮ ਹੀ। ਇੱਕ ਨੂੰ ਤਾਂ ਪਹਿਲਾਂ ਹੀ ਰਿਟਾਇਰ ਕਰ ਦਿੱਤਾ ਹੋਇਆ ਹਾਫ ਪੈਨਸ਼ਨ ਤੇ, ਦੂਸਰਾ ਜਿਹੜਾ ਡਿਫਾਲਟਰ ਇੱਕ ਨੰਬਰ ਦਾ ਡਿਫਾਲਟਰ, ਇਹਦਾ ਪੂਰਾ ਰਿਕਾਰਡ ਤੁਸੀਂ ਚੈੱਕ ਕਰ ਸਕਦੇ ਹੋ। ਮੇਰੇ ਪਾਪਾ ਦਾ ਵੀ ਰਿਕਾਰਡ ਚੈੱਕ ਕਰ ਸਕਦੇ ਹੋ। ਪਿੰਡ ਵਿੱਚ ਚਾਰ ਚਾਰ ਲੜਾਈਆਂ ਡੇਲੀ ਦੀਆਂ ਲੈਂਦਾ ਸੀਗਾ ਲਖਵਿੰਦਰ ਸਿੰਘ ਬਾਂਟੀ। ਅੱਜ ਕੀ ਕੀਤਾ ਤੁਸੀਂ? ਅੱਜ ਅਸੀਂ ਧਰਨਾ ਦੇਣ ਜਾ ਰਹੇ ਹਾਂ ਇਸੇ ਸਬੰਧ ਵਿੱਚ, ਕਿਉਂਕਿ ਉਹਨਾਂ ਨੇ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਤੇ ਨਾ ਹੀ ਸਾਨੂੰ ਕੋਈ ਭਰੋਸੇਯੋਗ ਕੋਈ ਦੱਸਦੇ ਆ ਕਿ ਅਸੀਂ ਕੁਝ ਕੀਤਾ। ਬਸ ਇਹੀ ਕਹਿ ਰਹੇ ਹਾਂ ਅਸੀਂ ਲੱਗੇ ਹੋਏ ਹਾਂ। ਪਤਾ ਨਹੀਂ ਉਹ ਕਿਹੜੀ ਕਾਰਗੁਜ਼ਾਰੀ 'ਚ ਲੱਗੇ ਹੋਏ ਜਿਹੜਾ ਅੱਜ ਤੱਕ ਉਹਨਾਂ ਕੋਲ ਪੂਰਾ ਨਹੀਂ ਹੋ ਰਿਹਾ। ਕਦੋਂ ਤੱਕ ਧਰਨਾ ਚਾਹੀਦਾ ਹੋਏਗਾ? ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੁਲਿਸ ਅਰੈਸਟ ਨਹੀਂ ਕਰ ਲੈਂਦੀ ਮੁਜਰਮਾਂ ਨੂੰ। ਸਰ ਜੀ ਇਹ ਗੱਲ ਹੈਗੀ ਆ ਵੀ 30 ਜੂਨ ਦਾ ਕਤਲ ਹੋਇਆ, 30 ਜੂਨ ਨੂੰ ਇਹਨਾਂ ਨੇ ਲਖਵਿੰਦਰ ਸਿੰਘ ਬੰਟਾ, ਤਜਿੰਦਰ ਸਿੰਘ ਲਾਡੀ, ਬਲਵਿੰਦਰ ਕੌਰ, ਇਹਨਾਂ ਨੇ ਜਿਹੜਾ ਲਖਵਿੰਦਰ ਸਿੰਘ ਸੀ ਇਹ ਸ਼ਰਾਬ ਪੀ ਕੇ ਰੱਜ ਕੇ ਥਾਣੇ 'ਚ ਆਉਂਦਾ ਵਾ, ਡਿਊਟੀ ਕਰਦਾ ਪੁਲਿਸ ਮੁਲਾਜ਼ਮ ਹੈ ASI, ਇਹ ਆ ਕੇ ਅਤੇ ਸਾਡੀ ਜੀਜਾ ਜੀ ਨੇ ਕੋਠੀ ਢਾਈ ਸੀ, ਉਹਦਾ ਮਟੀਰੀਅਲ ਥੋੜ੍ਹਾ ਬਹੁਤਾ ਤੋੜ ਭੰਨਦਾ ਸੜਕ ਦੇ ਸਾਈਡ ਦੇ ਕਿਨਾਰੇ 'ਤੇ ਲੱਗਾ ਸੀ, ਉਹ ਚੁੱਕ ਰਹੇ ਸੀ ਅਤੇ ਇਹ ਆਉਂਦੇ ਹੀ ਥਾਣੇ ਤੋਂ ਆਇਆ ਅਤੇ ਗੰਦੀਆਂ ਮੰਦੀਆਂ ਗਾਲਾਂ ਕੱਢਣ ਲੱਗ ਪਿਆ ਵੀ ਤੁਸੀਂ ਭੈਣ ਜੋ ਗੰਦ ਪਾਇਆ ਫਲਾਨੀ ਚੀਜ਼ ਆ ਢਿਮਕੜੀ ਚੀਜ਼ ਆ। ਇੰਨੇ ਦੇ ਵਿੱਚ ਹੀ ਜੀਜੇ ਨੇ ਹੱਥ ਜੋੜ ਕੇ ਬੋਲਿਆ, ਲਖਵਿੰਦਰ ਜੀ ਅਸੀਂ ਤੁਸੀਂ ਵੀ ਕੋਠੀ ਬਣਾਈ ਸੀ ਅਤੇ ਸੜਕ ਦੇ ਵਿੱਚ ਮਟੀਰੀਅਲ ਲਾਇਆ, ਅਸੀਂ ਤੁਹਾਡੇ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਅਤੇ ਅੱਜ ਜੇ ਅਸੀਂ ਕੋਠੀ ਢਾਈ ਆ ਅਤੇ ਅਸੀਂ ਦੋ ਚਾਰ ਮਿੰਟ ਦੀ ਗੱਲ ਆ ਅਸੀਂ ਤਾਂ ਮਟੀਰੀਅਲ ਨਾਲ ਹੀ ਬੰਦੇ ਲਾਏ ਸੀ ਚੁੱਕਣ ਦਏ ਸੀ। ਅਤੇ ਇੰਨੇ ਦੇ ਵਿੱਚ ਹੀ ਲਖਵਿੰਦਰ ਨੇ ਹੱਥੀ ਪੈ ਕੇ ਚਪੇਟ, ਇਹਦਾ ਪੇਸ਼ਾ ਹੀ ਲਖਵਿੰਦਰ ਸਿੰਘ ਦਾ ਇਹ ਜਦੋਂ ਗੱਲ ਕਰਦਾ ਚਪੇਟ ਤੋਂ ਬਿਨਾਂ ਨਹੀਂ ਕਰਦਾ, ਪਹਿਲਾਂ ਇੱਕ ਚਪੇਟ ਮਾਰੀ ਦੂਜਾ ਗੱਲ 'ਚੋਂ ਫੜ ਲਿਆ, ਲਾਡੀ ਨੇ ਆਣ ਕੇ ਢਿੱਡ 'ਚ ਹੂਰੇ ਮਾਰੇ, ਬਲਵਿੰਦਰ ਕੌਰ ਨੇ ਛਿੱਤਰ ਮਾਰੇ, ਅੰਮ੍ਰਿਤਧਾਰੀ ਸਿੱਖ ਦੇ ਸਿਰ 'ਚ ਛਿੱਤਰ ਮਾਰੇ ਬਲਵਿੰਦਰ ਕੌਰ ਨੇ, ਅਤੇ ਭਾਅ ਜੀ ਮੌਕੇ 'ਤੇ ਹੀ ਮਾਰ ਮੁਕਾਇਆ। ਸਾਨੂੰ 1 ਤਰੀਕ ਧਰਨਾ ਦਿੱਤਾ ਸੀ ਟਿੱਬਰ ਥਾਣੇ, ਪਰਚਾ ਨਹੀਂ ਕਰਦੇ, ਜੇ ਅਸੀਂ ਉੱਥੇ ਟਿੱਬਰ ਥਾਣੇ ਪਰਚਾ ਕਰਵਾਇਆ ਹੁਣ ਸਰ ਜੀ ਉਹਨਾਂ ਦੀਆਂ ਧਮਕੀਆਂ ਆ ਰਹੀਆਂ, ਕਹਿੰਦੇ ਕਿ ਇੱਕ ਕਤਲ ਦਾ ਵੀ 20 ਸਾਲ ਹੀ ਗੌਰਮੈਂਟ ਸਜ਼ਾ ਮਿਲਦੀ ਆ ਅਤੇ 10 ਬੰਦੇ ਮਾਰ ਲਓ ਫਿਰ ਵੀ ਮਿਲਦੀ ਆ। ਅਸੀਂ ਸਰ ਜੀ ਲੋਕ ਕੇ ਸਾਡੀ ਭੈਣ ਟਾਈਮ ਪਾਸ ਕਰਨ ਦੀ ਆ, ਸਾਨੂੰ ਉਹਨਾਂ 'ਤੇ ਖਤਰਾ ਵਾ, ਪਤਾ ਨਹੀਂ ਕਦੋਂ ਆਣ ਕੇ ਹਮਲਾ ਕਰਨ 'ਤੇ ਇਹ ਅੱਜ ਧਰਨਾ ਸਰ ਜੀ, ਉਹਨਾਂ ਨੂੰ ਬੰਦੇ ਰੈਸਟ ਨਹੀਂ ਕਰ ਰਹੀ, ਉਹ ਸ਼ਰੇਆਮ ਬੰਦੇ ਘੁੰਮਦੇ ਫਿਰਦੇ ਨੇ ਅਤੇ ਰੈਸਟ ਨਹੀਂ ਕਰਦੀ, ਅਸੀਂ ਇਸ ਕਰਕੇ ਧਰਨਾ ਲਗਾਇਆ। ਅਸੀਂ ਸਰ ਜੀ ਜਿੰਨਾ ਚਿਰ ਬੰਦੇ ਰੈਸਟ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਇੱਦਾਂ ਹੀ ਕੰਮ ਚੱਲੂਗਾ। ਰੋਂਦੇ ਆਓਗੇ ਤੇ ਹੱਸਦੇ ਜਾਓਗੇ, ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ। ਗੁਰੂ ਰਾਜਾ ਸਾਈਂ ਜੀ 99-150-150, ਪਤਾ ਲੁਧਿਆਣਾ। ਗੈਟ ਯੂ ਐਕਲਵ ਬੈਕ ਇਨ ਯੋਰ ਲਾਈਫ, 100% ਗਰੰਟੀ ਨਾਲ ਪਾਓ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਪਿਆਰ 'ਚ ਧੋਖਾ, ਖੋਇਆ ਹੋਇਆ ਪਿਆਰ ਵਾਪਸ ਪਾਉਣਾ, ਲਵ ਮੈਰਿਜ 'ਚ ਰੁਕਾਵਟ, ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਤਲਾਕ ਕੇਸ, ਕੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ 'ਚ ਪੱਕਾ ਹੋਣਾ, ਇਮੀਗ੍ਰੇਸ਼ਨ ਮਸਲੇ, ਜਾਂ ਤੋਂ ਟੋੜੇ ਦਾ ਜੜ ਤੋਂ ਖਾਤਮਾ, ਮੋਹਣੀ ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਆਪਣੇ ਵਾਸ 'ਚ ਕਰੋ, ਲਾਟਰੀ ਨੰਬਰ ਪਾਓ ਲੋਟੋ ਮੈਕਸ ਜਾਂ ਮੈਗਾ ਮਿਲੀਅਨ, ਹਰ ਜਗ੍ਹਾ ਤੋਂ ਨਿਰਾਸ਼ ਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੋਬਾਈਲ ਨੰਬਰ 99-150-150।